ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਗੁਰਬਾਣੀ ਦੇ ਮੁੱਖ ਵਾਕ ਅਨੁਸਾਰ ਜੋ ਨਵਾਂ ਸਾਲ ਆ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਜਿਹੜਾ ਨਵੀਆਂ ਖੁਸ਼ੀਆਂ ਲੈ ਕੇ ਪੂਰੇ ਸੰਸਾਰ ਦੇ ਲਈ ਆਵੇ, ਤਾਂ ਜੋ ਪਿਛਲੇ ਜਿਹੜੇ ਸਾਲ ਨੇ 22-2021 ਜੋ ਸਾਡੇ ਪੂਰੇ ਪੰਜਾਬ ਨੇ, ਵਿਸ਼ਵ ਨੇ ਕੋਰੋਨਾ ਦਾ ਸੰਤਾਪ ਭੋਗਿਆ, ਪਰਮਾਤਮਾ ਕਿਰਪਾ ਕਰੇ ਕਿ ਨਵਾਂ ਸਾਲ ਜਿਹੜਾ ਸਾਰੇ ਸੰਸਾਰ ਦੇ ਲਈ ਬਿਮਾਰੀਆਂ ਤੋਂ ਰਹਿਤ ਔਰ ਖੁਸ਼ੀਆਂ ਭਰਿਆ ਆਵੇ, ਤਾਂ ਜੋ ਪੂਰਾ ਵਿਸ਼ਵ ਜਿਹੜਾ ਨਵੇਂ ਸਾਲ ਨੂੰ ਨਵੇਂ ਤਰੀਕੇ ਦੇ ਨਾਲ ਸ਼ੁਰੂਆਤ ਕਰੇ। ਆਲ ਇੰਡੀਆ ਪਬਲਿਕ ਵੈਲਫੇਅਰ ਟਰੱਸਟ ਹਿੰਦ ਯੂਨਾਈਟਿਡ ਮੋਰਚਾ ਦੀ ਹਾਈ ਕਮਾਨ ਔਰ ਸਟੇਟ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਔਰ ਅਸੀਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦੇ ਹਾਂ, ਨਾਲ ਹੀ ਸੰਗਤਾਂ ਨੂੰ ਉਪਦੇਸ਼ ਬੇਨਤੀ ਕਰਦੇ ਹਾਂ ਕਿ ਇਹ ਜੋ ਨਵਾਂ ਸਾਲ ਆ, ਇਸ ਨੂੰ ਨਵੀਂ ਸੋਚ ਦੇ ਨਾਲ ਸ਼ੁਰੂਆਤ ਕੀਤੀ ਜਾਵੇ, ਕਿਉਂਕਿ ਜਿਹੜਾ ਸਾਡਾ ਦੇਸ਼ ਆ, ਜਾਤਾਂ ਧਰਮਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ, ਅੱਜ ਲੋੜ ਆ ਇਨਸਾਨੀਅਤ ਨੂੰ ਪਛਾਣਨ ਦੀ। ਕਿਸੇ ਲਿਖਾਰੀ ਦੀ ਲਿਖਤ ਹੈ, ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ, ਕੀ ਫਾਇਦਾ ਮੰਦਰੀ ਮਸੀਤੀ ਜਾਣ ਦਾ। ਅੱਜ ਅਸੀਂ ਇਹਨਾਂ ਜਾਤਾਂ ਪਾਤਾਂ ਧਰਮਾਂ ਵਹਿਮਾਂ ਦੇ ਵਿੱਚੋਂ ਨਿਕਲ ਕੇ ਇਨਸਾਨੀਅਤ ਨੂੰ ਪਛਾਣ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਲ ਇੰਡੀਆ ਪਬਲਿਕ ਵੈਲਫੇਅਰ ਟਰੱਸਟ ਹਿੰਦ ਯੂਨਾਈਟਿਡ ਮੋਰਚਾ ਦੇ ਨਾਲ ਸਾਥ ਦੇਈਏ, ਤਾਂ ਜੋ ਸਾਡਾ ਜਿਹੜਾ ਪੰਜਾਬ ਹੈ, ਇਹਦੇ ਅੰਦਰੋਂ ਗਰੀਬੀ ਦੇ ਕੋੜ ਨੂੰ ਖਤਮ ਕਰਕੇ ਔਰ ਲੋਕ ਭਲਾਈ ਦੇ ਕਾਰਜ ਕਰੀਏ, ਜਾਂ ਪੂਰਾ ਸੰਸਾਰ ਜਿਹੜਾ ਵਾ ਉਹ ਸੁੱਖਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ। ਲਾਸਟ ਸ਼ਬਦਾਂ ਦੇ ਵਿੱਚ ਦੁਬਾਰਾ ਫਿਰ ਪੂਰੇ ਵਿਸ਼ਵ ਨੂੰ ਇਸ ਨਵ ਵਰਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।